ਗੱਲ ਕਰਦੇ ਆਂਗੇ ਕਿਸਾਨੀ ਸੰਘਰਸ਼ ਦੀ ਇੱਕ ਪਾਸੇ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਬੈਠੇ ਨੇ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਮਹਾ ਪੰਚਾਇਤਾਂ ਹੋ ਰਹੀਆਂ ਨੇ ਜੇ ਗੱਲ ਕਰੀਏ ਤਾਂ ਪਿਛਲੇ ਦਿਨੀ ਬੰਗਾਲ ਦਾ ਟੂਰ ਲਾ ਕੇ ਆਏ ਨੇ ਬੰਗਾਲ ਦੇ ਵਿੱਚ ਜਿਹੜੇ ਇਲੈਕਸ਼ਨ ਹੋ ਰਹੇ ਨੇ ਉਹਨਾਂ ਦੇ ਵਿੱਚ ਗਏ ਸੀ ਮਹਿਮਾ ਸਾਹਿਬ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕੀ ਉੱਥੋਂ ਦੇ ਮੁੱਦੇ ਸੀ ਕਿੰਨਾ ਦੇ ਉੱਪਰ ਗੱਲ ਹੋਈ ਆ ਲੋਕਾਂ ਦੇ ਨਾਲ ਕੀ ਲੋਕਾਂ ਦਾ ਰਿਸਪਾਂਸ ਮਿਲਿਆ ਇਹ ਸਾਰੀਆਂ ਗੱਲਾਂ ਦੇ ਉੱਪਰ ਗੱਲਬਾਤ ਕਰਾਂਗੇ ਮਹਿਮਾ ਸਾਹਿਬ ਸਵਾਗਤ ਹੈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਮੈਂ 먼저 ਪਹਿਲਾਂ ਤਾਂ ਆਪਾਂ ਗੱਲ ਉੱਥੇ ਹੀ ਸਟਾਰਟ ਕਰਦੇ ਹਾਂ ਜਿਵੇਂ ਪਿਛਲੇ ਦਿਨੀ ਬੰਗਾਲ ਦੇ ਵਿੱਚ ਜਾ ਕੇ ਉਹ ਬੰਗਾਲ ਦਾ ਕਿਵੇਂ ਦਾ ਰਿਸਪੌਂਸ ਸੀ ਲੋਕਾਂ ਦਾ ਦੇਖੋ ਜੀ ਬੰਗਾਲ ਦੇ ਜਿਹੜੇ ਲੋਕ ਲੋਕ ਨੇ ਉਹ ਅਸੀਂ ਗਿੰਦੇ ਹਾਂ ਕਿ ਸਿਆਣੇ ਲੋਕਾਂ ਚ ਨੇ ਉਹ ਜਦੋਂ ਸਿਆਣੇ ਲੋਕਾਂ ਚ ਨੇ ਤਾਂ ਜਿੱਥੇ ਇਹ ਤਿੰਨ ਖੇਤੀ ਕਾਨੂੰਨਾਂ ਦਾ ਪ੍ਰਭਾਵ ਉਹਨਾਂ ਲੋਕਾਂ ਤੇ ਹੈ ਆ ਇਹਦੇ ਨਾਲ ਨਾਲ ਜਿਹੜਾ ਮੋਦੀ ਹਕੂਮਤ ਦਾ ਫਾਸ਼ੀਵਾਦੀ ਚਿਹਰਾ ਜਿਹੜਾ ਲੋਕਾਂ ਦੇ ਸਾਹਮਣੇ ਆਇਆ ਵੱਡਾ ਗੁੱਸਾ ਉਹਨਾਂ ਦਾ ਉਸ ਫਾਸ਼ੀਵਾਦ ਦੇ ਵਰੋਧ ਸੋ ਫਾਸ਼ੀਵਾਦ ਦੇ ਨਾਲ ਜਿਹੜਾ ਫਾਸ਼ੀਵਾਦ ਦੇ ਏਜੰਡੇ ਨੂੰ ਜਦੋਂ ਲੈ ਕੇ ਚੱਲ ਰਹੀ ਹੈ ਭਾਜਪਾ ਦੀ ਸਰਕਾਰ ਇਹ ਵੀ ਇੱਕ ਵੱਡਾ ਫੈਕਟਰ ਹੈ ਜਿੱਥੇ ਬੰਗਾਲ ਦੇ ਵਿੱਚ ਲੋਕਾਂ ਦੇ ਉੱਤੇ ਇਹਦਾ ਵੀ ਇੱਕ ਵੱਡਾ ਅਸਰ ਹੈ ਬੰਗਾਲ ਦੇ ਵਿੱਚ ਖੇਤੀ ਜ਼ਿਆਦਾ ਵੱਡੀ ਨਹੀਂ ਹੁੰਦੀ ਉੱਥੇ ਲੋਕਾਂ ਦੇ ਕੋਲ ਜ਼ਮੀਨ ਥੋੜੀ ਹੈ 2-2 ਏਕੜ ਇਹ ਉਹਦੇ ਚ ਜਿਹੜੀ ਫਸਲ ਬੀਜਦੇ ਨੇ ਉਹਨਾਂ ਦਾ ਘਰ ਦਾ ਸਰਦਾ ਸਾਡੇ ਜਾਣ ਤੋਂ ਪਹਿਲਾਂ ਉਹ ਲੋਕ ਦੋਚਿੱਤੀ ਸਨ ਵੀ ਇਹ ਕਾਨੂੰਨਾਂ ਦਾ ਸਾਡੇ ਤੇ ਕੀ ਮਾਰ ਪਾਏਗੀ ਜਾਂ ਅਸੀਂ ਇਹਦੇ ਨਾਲ ਕਾਨੂੰਨਾਂ ਦੇ ਨਾਲ ਕਿਵੇਂ ਖੜੀਏ ਭਾਜਪੀ ਦੇ ਅਗੇਂਸਟ ਤਾਂ ਪਹਿਲਾਂ ਵੀ ਖੜੇ ਸੀ ਪਰ ਵੀ ਕਾਨੂੰਨਾਂ ਨਾਲ ਜੁੜ ਕੇ ਅਸੀਂ ਕਿਵੇਂ ਉਹਨਾਂ ਕਿਸਾਨਾਂ ਦੇ ਨਾਲ ਖੜੀਏ ਜਾਂ ਭਾਜਪੀ ਦੇ ਖਿਲਾਫ ਕਿਵੇਂ ਸਟ ਕਰੀਏ ਮੈਨੂੰ ਲੱਗਦਾ ਸਾਡਾ ਜਿਹੜਾ 50 ਦਿਨਾਂ ਦਾ ਪ੍ਰੋਗਰਾਮ ਸੀ ਬੰਗਾਲ ਦਾ ਅਸੀਂ ਪੂਰੀ ਤਰ੍ਹਾਂ ਉਹਦੇ ਵਿੱਚ ਕਾਮਯਾਬ ਹੋયા ਲੋਕਾਂ ਨੂੰ ਇਹ ਸਮਝਾਉਣ ਚ ਕਿ ਇਹਨਾਂ ਦਾ ਨਾਂ ਖੇਤੀ ਕਾਨੂੰਨ ਹੈ ਪਰ ਇਹ ਕੱਲੇ ਕਿਸਾਨਾਂ ਦੇ ਵਿਰੋਧ ਨਹੀਂ ਗਏ ਇਹ ਹਰ ਉਸ ਮਨੁੱਖ ਦੇ ਵਿਰੋਧ ਨੇ ਜਿਹੜਾ ਜਿਉਣਾ ਚਾਹੁੰਦਾ ਹੈ ਜਿਹੜਾ ਜ਼ਿੰਦਗੀ ਜਿਉਣਾ ਚਾਹੁੰਦਾ ਹਰ ਇੱਕ ਉਸ ਦੇ ਵਿਰੋਧ ਨੇ ਔਰ ਅਸੀਂ ਉਹਦੇ ਚ ਕਾਮਯਾਬ ਹੋਏ ਆ 2 ਮਈ ਨੂੰ ਤੁਹਾਡੇ ਰਿਜ਼ਲਟ ਸਾਹਮਣੇ ਹੋਵੇਗਾ ਅਸੀਂ ਕੋਈ ਐ ਤਾਂ ਹੈ ਨਹੀਂ ਸੀ ਵੀ ਕਿਸੇ ਪਾਰਟੀ ਦੇ ਫੇਵਰ ਚ ਕੋਈ ਪ੍ਰਚਾਰ ਕਰਨ ਗਏ ਸਾਂ ਜਾਂ ਕਿਸੇ ਨੂੰ ਕੋ ਵੋਟ ਦੋਵਾਉਣ ਗਏ ਸਾਂ ਪਰ ਇਹ ਸਾਡਾ ਮਕਸਦ ਜ਼ਰੂਰ ਸੀ ਕਿ ਭਾਜਪਾ ਦਾ ਹੰਕਾਰ ਤੋੜਿਆ ਜਾਵੇ ਜਿਹੜਾ ਬੀਜੇਪੀ ਨੂੰ ਹੰਕਾਰ ਏ ਕਿ ਸਾਨੂੰ ਪੰਜਾਬ ਦੀ ਹਰਿਆਣਾ ਦੀ ਕੋਈ ਲੋੜ ਨਹੀਂ ਹੈਗੀ ਸਾਨੂੰ ਵੋਟਾਂ ਹੋਰ ਰਾਜਾਂ ਚੋਂ ਪੈਣਗੀਆਂ ਜਾਂ ਜਿਹੜਾ ਇੱਕ ਉਹ ਹੰਕਾਰ ਏ ਕਿ ਫਾਸ਼ੀਵਾਦੀ ਦੇ ਏਜੰਡੇ ਦੇ ਉੱਤੇ ਹੀ ਉਹ ਵੋਟ ਲੈ ਕੇ ਸਰਕਾਰ ਕਾਇਮ ਕਰ ਸਕਦੇ ਨੇ ਅਸੀਂ ਉਹਨਾਂ ਨੂੰ ਇਹ ਗੱਲ ਦੱਸਣੀ ਚਾਹੁੰਦੇ ਸਾਂ ਕਿ ਅਸੀਂ ਕਿਸਾਨ ਲੋਕ ਤੁਹਾਡੇ ਹਰ ਏਜੰਡੇ ਨੂੰ ਜਾਣ ਕੇ ਤੁਹਾਡਾ ਹਰ ਏਜੰਡਾ ਫੇਲ ਕਰ ਸਕਨੇ ਆ ਜਿਹੜਾ ਅਸੀਂ ਕਰਕੇ ਵਿਖਾਵਾਂਗੇ ਸਮਝਾਉਂਦੇ ਜੇ ਗੱਲ ਕਰਦੇ ਆਂ ਮਹਾਪੰਚਾਇਤਾਂ ਜੀ ਇਹ ਕੀ ਲੋੜ ਪਈ ਵੀ ਪੰਜਾਬ ਦੇ ਵਿੱਚ ਲੋਕਾਂ ਨੂੰ ਦੱਸਣਾ ਪੈ ਰਿਹਾ ਵੀ ਤੁਸੀਂ ਉੱਥੇ ਦਿੱਲੀ ਚੱਲੋ ਦਿੱਲੀ ਚੱਲੋ ਇਹਨਾਂ ਦੀ ਕੀ ਇਹੋ ਜੀ ਕੀ ਜ਼ਰੂਰਤ ਪਈ ਗਈ ਸਾਨੂੰ ਆ ਕੇ ਅੱਜ ਦੇਖੋ ਜੀ ਜਦੋਂ ਜੰਗ ਲੱਗਦੀ ਹੈ ਨਾ ਜੰਗ ਲੱਗਦੀ ਹੈ ਤਾਂ ਫੌਜ ਬਾਰਡਰ ਦੇ ਉੱਤੇ ਲੜਦੀ ਜਿੱਥੇ ਜੰਗ ਹੋ ਰਹੀ ਉੱਥੇ ਲੜਦੀ ਹੁੰਦੀ ਉਸ ਜੰਗ ਲੜਨ ਦੇ ਦਰਮਿਆਨ ਫੌਜਦਿਆਂ ਲੋੜਾਂ ਵਾਧੀਆਂ ਨੇ ਜਦੋਂ ਤੁਸੀਂ ਦੁਸ਼ਮਨ ਨਾਲ ਲੜ ਰਹੇ ਹੁੰਦੇ ਤਾਂ ਦੁਸ਼ਮਨ ਦੀ ਜਿਹੜੀ ਸਟ੍ਰੈਟਜੀ ਹੈ ਉਦੇ ਮੁਕਾਬਲੇ ਆਪਦੇ ਫੌਜੀਆ ਨੂੰ ਤਿਆਰ ਕਰਨਾ ਸਮੇਂ ਦੀ ਲੋੜ ਹੁੰਦੀ ਜੰਗ ਦੇ ਚੱਲ ਦੀ ਜੰਗ ਦੇ ਦਰਮਿਆਨ ਦੀ ਲੋੜ ਹੁੰਦੀ ਹੈ ਅੱਜ ਹੁਣ ਜਿਹੜਾ ਜਿਹੜੇ ਆਪਾਂ ਅੱਜ ਫਾਜ਼ਿਲਕਾ ਜ਼ਿਲ੍ਹੇ 'ਚ ਇਕੱਠੇ ਹੋ ਰਹੇ ਹਾਂ ਫਾਜ਼ਿਲਕਾ ਜ਼ਿਲ੍ਹੇ 'ਚ ਪਿਛਲਾ ਜਿਹੜਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੂਵਮੈਂਟਾਂ ਦੇ ਵਿੱਚ ਪਿਛਲੇ ਸਮੇਂ ਤੇ ਫਾਜ਼ਿਲਕਾ ਦੀ ਬਹੁਤ ਜ਼ਿਆਦਾ ਸਰਗਰਮੀ ਨਹੀਂ ਸੀ ਇੱਕ ਜਿਹੜਾ ਇਸ ਸਮੇਂ ਤੇ ਇਹ ਭਰਮ ਪਾਇਆ ਜਾ ਰਿਹਾ ਕਿ ਨੌਜਵਾਨ ਇਹਦੇ ਤੋਂ ਦੂਰ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਇੱਕ ਗੱਲ ਤਾਂ ਸਿੱਧ ਕਰੇਗਾ ਕਿ ਨੌਜਵਾਨ ਇੰਨਾ ਜਥੇਬੰਦੀਆਂ ਨਾਲੋਂ ਇਸ ਮੋਰਚੇ ਨਾਲੋਂ ਕਿਤੇ ਹੀ ਦੂਰ ਨਹੀਂ ਹੈਗੇ ਇਹ ਜਿਹੜਾ ਮੋਰਚਾ ਅੱਜ ਜਿਹੜਾ ਪ੍ਰੋਗਰਾਮ ਹੈ ਤੁਹਾਨੂੰ ਦੱਸੇਗਾ ਦੂਜੀ ਗੱਲ ਹੈ ਜਿਹੜੀ ਚੱਲ ਰਹੀ جنگ ਹੈ ਉਹਦੇ ਲਈ ਤਿਆਰ ਕਰਨਾ ਸਾਡੇ ਕੋਲ ਇਹੀ ਇੱਕ ਪਲੇਟਫਾਰਮ ਹੈ ਕਿ ਅਸੀਂ ਪੰਜਾਬ ਦੇ ਵਿੱਚ ਇੱਕ ਇੱਕ ਜ਼ਿਲ੍ਹੇ 'ਚ ਜਿੱਥੇ ਲੋਕਾਂ ਨੂੰ ਕੋਈ 100 ਕਿਲੋਮੀਟਰ ਦੇ ਘੇਰੇ 'ਚੋਂ ਇਕੱਠੇ ਕਰ ਸਕੀਏ ਉੱਥੇ ਕਰਕੇ ਆਪਣੀ ਪਲੈਨਿੰਗ ਕਰੀਏ ਇਹਨੇ ਲੋਕਾਂ ਨੂੰ ਅਸੀਂ ਦਿੱਲੀ ਤੇ ਇੱਕ ਦਿਨ ਲਿਆ ਨਹੀਂ ਸਕਦੇ ਨਾ ਹੀ ਅਸੀਂ ਇਨੇ ਲੋਕਾਂ ਦਾ ਦਿੱਲੀ ਜਾਣ ਦਾ ਕੋਈ ਇੱਕ ਦਿਨ ਪ੍ਰੋਗਰਾਮ ਹੈ ਸਾਡਾ ਸਾਡਾ ਤਾਂ ਦਿੱਲੀ ਦਾ ਪ੍ਰੋਗਰਾਮ ਕਿ ਲੰਮਾ ਚਲਾਉਣਾ ਹੈ ਉਹਨੂੰ ਪਾਰਟਿਸਪੇਸ਼ਨ ਹਰ ਇੱਕ ਦੀ ਕਰਾਉਣੀ ਹੈ ਉਹ ਤਾਂ ਇੱਕ ਸਕੂਲ ਚੱਲ ਹੀ ਰਿਹਾ ਹੈ ਪਰ ਇਹ ਜਿਵੇਂ ਸਕੂਲ ਚੱਲਣ ਦੇ ਦਰਮਿਆਨ ਇੱਕ ਸਪੈਸ਼ਲ ਕਲਾਸ ਹੁੰਦੀ ਹੈ ਨਾ ਇਹ ਸਾਡੀਆਂ ਸਪੈਸ਼ਲ ਕਲਾਸਾਂ ਨੇ ਜਿਹੜੀਆਂ ਅਸੀਂ ਲਾ ਰਹੇ ਆਂ ਬੀਕੇਯੂ ਡਕਾਉਂਦਾ ਵੱਲੋਂ ਤੁਹਾਨੂੰ ਨਹੀਂ ਲੱਗਦਾ ਕਿ 26 ਜਨਵਰੀ ਤੋਂ ਬਾਅਦ ਇਹ ਮਹਾਪੰਚਾਇਤਾਂ ਦੀ ਲੋੜ ਪਈ ਆਗੀ ਨਹੀਂ ਜੇ 26 ਜਨਵਰੀ ਨੂੰ ਕੋਈ ਵੀ ਹਾਲਾਤ ਹੁੰਦੇ ਜੋ ਹੋਇਆ ਏ ਉਹ ਬਿਲਕੁਲ ਗਲਤ ਹੋਇਆ ਏ ਜਾਂ ਉਨੂੰ ਅਸੀਂ ਰੋਕ ਲਿਆਏ ਉਹ ਜੋ ਵੀ ਘਾਟਾ 26 ਨੂੰ ਪਹਿਨ ਜਾ ਰਿਹਾ ਸੀ ਅਸੀਂ ਉਹ ਘਾਟਾ ਨਹੀਂ ਪਹਿਨ ਦਿੱਤਾ ਜਿਹੜਾ ਮਾੜਾ ਮੋਟਾ ਪਿਆ ਹੈ ਉਹਨੂੰ ਅਸੀਂ ਠੀਕ ਕਰ ਲਿਆ ਪਰ 26 ਨੂੰ ਜੇ ਨਾਂ ਵੀ ਵਾਪਰਦਾ ਇਹ ਮਹਾਪੰਚਾਇਤਾਂ ਜੋ ਸਾਸੀ ਤਾਂ ਵੈਸੇ ਅਜੇ ਮਹਾਪੰਚਾਇਤ ਨਹੀਂ ਕਰ ਰਹਾ ਅਸੀਂ ਤਾਂ ਕਿਸਾਨ ਕਾਨਫਰੰਸ ਕਰ ਰਹੇ ਆ ਇਹ ਕਾਨਫਰੰਸਾਂ ਫਿਰ ਵੀ ਹੁੰਦੀਆਂ ਜੇ ਦਿੱਲੀ ਵਾਲਾ 26 ਵਾਲਾ ਨਾਂ ਵੀ ਕੁਝ ਵਾਪਰਦਾ ਇਹ ਕਾਨਫਰੰਸਾਂ ਫਿਰ ਵੀ ਹੁੰਦੀਆਂ ਫਿਰ ਵੀ ਲੋੜ ਪੈਣੀ ਸੀ ਫਿਰ ਵੀ ਕਰਦੇ ਆ ਅਸੀਂ ਗੱਲ ਕਰਦੇ ਆਂ ਫੇਰ ਬੰਗਾਲ ਦੀ ਬੰਗਾਲ ਦੇ ਵਿੱਚ ਜਾ ਕੇ ਆਇਓ ਮਮਤਾ ਜੀ ਦੇ ਉੱਪਰ ਹਮਲਾ ਹੋ ਜਾਂਦਾ ਉਹ ਕਿਸ ਦੀ ਸਾਜ਼ਿਸ਼ ਲੱਗਦਾ ਤੁਹਾਨੂੰ ਕੀ ਲੱਗਦਾਗਾ ਨਹੀਂ ਵੇਖੋ ਇੱਕ ਗੱਲ ਤਾਂ ਅਸੀਂ ਸਾਫ਼ ਕਹਤੀ ਨਾ ਵੀ ਅਸੀਂ ਕੋਈ ਮਮਤਾ ਨੂੰ ਸੀਪੀਐਮ ਨੂੰ ਜਾਂ ਕਿਸੇ ਨੂੰ ਵੋਟ ਪਾਉਣ ਤਾਂ ਗਏ ਨਹੀਂ ਇਸ ਕਰਕੇ ਆ ਵੀ ਸਾਨੂੰ ਜ਼ਿਆਦਾ ਤਾਂ ਉਹਦੇ ਬਾਰੇ ਪਤਾ ਨਹੀਂ ਜਿੰਨਾ ਕੋ ਅਸੀਂ ਉੱਥੋਂ ਪੜਤਾਲ ਕੀਤੀ ਵੀ ਉਹ ਕੋਈ ਇਨਸੀਡੈਂਟ ਵਗੈਰਾ ਸੀ ਜਿਹੜਾ ਮੇਰਾ ਖਿਆਲ ਹੈ ਜਿਹੜਾ ਤ੍ਰਿਮੂਲ ਕਾਂਗਰਸ ਨੇ ਆਪਦੇ ਪੇਜ ਤੇ ਆਪਦੇ ਵੱਲੋਂ ਜਾਂ ਮਮਤਾ ਨੇ ਆਪਦੇ ਵੱਲੋਂ ਕੋਈ ਐਸਾ ਬਿਆਨ ਨਹੀਂ ਦਿੱਤਾ ਵੀ ਮੇਰੇ ਤੇ ਹਮਲਾ ਹੋਇਆ ਜਿੰਤੋਂ ਤੱਕ ਮੈਨੂੰ ਪਤਾ ਹੈ ਵੀ ਐਸਾ ਕੋਈ ਨਹੀਂ ਦਿੱਤਾ ਉਹ ਇੱਕ ਛੋਟਾ ਜਿਹਾ ਇਨਸੀਡੈਂਟ ਸੀ ਸੋ ਉਹ ਹਮਲਾ ਨਾ ਮੰਨ ਕੇ ਵੈਸੇ ਲੋਕਾਂ ਦਾ ਜਿਹੜਾ ਬਣਿਆ ਉਥੋਂ ਦਾ ਸੁਭਾਅ ਬਹੁਤ 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 ਜ਼ਿਆਦਾ ਬੀਜੇਪੀ ਦੇ ਖਿਲਾਫ ਬਣਿਆ ਹੋਇਆ ਜਿਹੜਾ ਇਹ ਕਹਿ ਰਹੇ ਨੇ ਕਿ ਅਸੀਂ ਇੰਨੀਆਂ ਸੀਟਾਂ ਨਹੀਂ ਅਸੀਂ ਸੀਟਾਂ ਸਾਨੂੰ ਤਾਂ ਜਿਹੜਾ ਜਿੰਨਾ ਅਸੀਂ ਘੁੰਮਿਆ ਕਿਉਂਕਿ ਅਸੀਂ ਕੋਈ ਇੱਕ ਜਗ੍ਹਾ ਤੇ ਬੰਦਾ ਜਾਂਦਾ ਉੱਥੇ ਇੱਕੋ ਤਰ੍ਹਾਂ ਦੇ ਲੋਕ ਇਕੱਠੇ ਹੁੰਦੇ ਨੇ ਉਹਨਾਂ ਨੂੰ ਮਿਲਦਾ ਅਸੀਂ ਮਤਲਬ ਇੱਕ ਇੱਕ ਬੰਦੇ ਕੋਲ ਵੀ ਜਾ ਕੇ ਕਈ ਵੇਖਿਆ ਕੋਈ ਰੇੜੀ ਵਾਲਾ ਏ ਕੋਈ ਪਾਣ ਬੀੜੀ ਸਿਗਰਟ ਦੀ ਦੁਕਾਨ ਵਾਲਾ ਕੋਈ ਬੱਸ ਕਨੈਕਟਰ ਏ ਕੋਈ ਬੱਸ ਡਰਾਈਵਰ ਏ ਕੋਈ ਕੱਪੜੇ ਦੀ ਦੁਕਾਨ ਵਾਲਾ ਇਹ ਲੋਕਾਂ ਕੋਲ ਘੁੰਮ ਕੇ ਵੇਖੀਆ ਭਾਜਪੀ ਦੇ ਖਿਲਾਫ ਬਹੁਤ ਗੁੱਸਾ ਹੈ ਉਹਨਾਂ ਲੋਕਾਂ 'ਚ ਕਿਉਂਕਿ ਉਹ ਲੋਕ ਸਮਝ ਚੁੱਕੇ ਨੇ ਕਿ ਜਿਹੜਾ ਸਾਡੇ ਕੋਲੋਂ ਰੋਟੀ ਖੋਈ ਜਾ ਰਹੀ ਹੈ ਅੱਖ ਮੇ ਆ ਜਾ ਪੁੱਤਣਾ ਪਏਗਾ ਭਾਜਪੀ ਨੂੰ ਅੱਜ ਵਾਲੀ ਕਾਨਫਰੰਸ ਦੀ ਗੱਲ ਕਰੀ ਅੱਜ ਵਾਲੀ ਕਾਨਫਰੰਸ ਨੂੰ ਕਿਵੇਂ ਦੇਖ ਦਵਾਂ ਵੀ ਕਿੰਨਾ ਕੁ ਲੋਕ ਹੰਗਾਰਾ ਦੇਣਗੇ ਅੱਜ ਵਾਲੀ ਕਾਨਫਰੰਸ ਵੇਖ ਹੀ ਰਹੇ ਹੋ ਤੁਸੀਂ ਬਹੁਤ 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 ਚੰਗਾ ਹੰਗਾਰਾ ਹੈ ਲੋਕਾਂ ਦਾ ਵਿਸ਼ੇਸ਼ ਤੌਰ ਤੇ ਨੌਜਵਾਨਾਂ ਦਾ ਸਾਡੀ ਆਸ ਵੀ ਇਹ ਸੀ ਕਿ ਨੌਜਵਾਨਾਂ ਨਾਲ ਮੁਲਾਕਾਤ ਸਾਡੀ ਹੋਵੇ ਵਧੇਰੇ ਉਹ ਸਾਡੀ ਆਸ ਪੂਰੀ ਹੋਈ ਹੈ ਬਹੁਤ ਵੱਡੀ ਤਾਦਾਦ ਦੇ ਵਿੱਚ ਨੌਜਵਾਨ ਆਏ ਨੇ ਅੱਜ ਦੀ ਜੋ ਵੀ ਕਾਨਫਰੰਸ ਅਸੀਂ ਕਰਾਂਗੇ ਸਾਨੂੰ ਇਹ ਲੱਗਦਾ ਹੈ ਕਿ ਸਾਡਾ ਜਿਹੜਾ ਅਜੰਡਾ ਹੈ ਉਹਨੂੰ ਨੇਪਰੇ ਚਾੜਨ ਵਿੱਚ ਅੱਜ ਦੀ ਕਿਸਾਨ ਕਾਨਫਰੰਸ ਆਪਦਾ ਇੱਕ ਅਹਿਮ ਰੋਲ ਅਦਾ ਕਰੇਗੀ ਅਸੀਂ ਮਾਰਚ ਦੇ ਮਹੀਨੇ 'ਚ ਬੈਠੇ ਹਾਂ 23 ਮਾਰਚ ਸਾਡੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਰਾੰਦਾ ਅਸੀਂ ਦੀਦਿਆੜਾ ਸ਼ਹੀਦ ਭਗਤ ਸਿੰਘ ਰਾਜਗੁਰੂ ਦੀ ਇੱਕ ਸਮਝ ਸੀ ਇੱਕ ਲੋੜ ਸੀ ਇੱਕ ਉਹਨਾਂ ਦਾ ਕਾਰਜ ਸੀ ਜਿਹੜਾ ਅਸੀਂ ਨੇਪਰੇ ਚਾੜਨਾ ਸੋ ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿ ਨੌਜਵਾਨਾਂ ਨਾਲ ਮਿਲ ਕੇ ਕਹਿਦ ਕਰੀਏ ਕਿ ਸ਼ਹੀਦ ਭਗਤ ਸਿੰਘ ਆਜਮ ਭਗਤ ਸਿੰਘ ਹਰਾਂ ਦਾ ਛੱਡਿਆ ਹੋਇਆ ਕਾਰਜ ਆਪਾਂ ਅੱਗੇ ਵਧਾਈਏ ਤੇ ਉਹਨੂੰ ਨਿਪਰੇ ਚਾੜੀਏ ਉਹਨਾਂ ਦੀ ਸੋਚ ਨੂੰ ਲੈ ਕੇ ਚੱਲੀਏ ਮਾਰਚ ਮਹੀਨੇ ਦੀ ਗੱਲ ਕਰੀਏ ਮਾਰਚ ਉਹੀ ਆ 2 ਮਾਰਚ 2020 ਨੂੰ ਕਰਫੂ ਲੱਗਦਾਗਾ ਕਰੋਨਾ ਨੂੰ ਲੈ ਕੇ ਅੱਜ ਫੇਰ ਉਹੀ ਕਰੋਨਾ ਕਹਿ ਰਹੇ ਨੇ ਵੀ ਇੱਥੇ ਪੰਜਾਬ ਦੇ ਵਿੱਚ ਆ ਗਿਆ ਉਸ ਨੂੰ ਕਿਵੇਂ ਫਿਰ ਨਿਪਟੋਗੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਅਸੀਂ ਜਦੋਂ ਬੰਗਾਲ ਦੇ ਵਿੱਚ ਗਏ ਤੇ ਜਿਨ੍ਹਾਂ ਦੇ ਘਰੇ ਸਾਡਾ ਸਟੇ ਸੀ ਉਹ ਇੱਕ ਡਾਕਟਰ ਸਨ ਤਾਂ ਪਹਿਲੇ ਦਿਨ ਸਾਨੂੰ ਜਾਣ ਤੋਂ ਉਹਨਾਂ ਨੇ ਵੀ ਕਿਹਾ ਵੀ ਤੁਸੀਂ ਮਾਸਕ ਪਾਇਆ ਕਰੋ ਯਾ ਮੈਨੂੰ ਥੋੜਾ ਜੁਕਾਮ ਸੀ ਉਹ ਡਰ ਗਿਆ ਵੀ ਇਹ ਜੁਕਾਮ ਕਦੋਂ ਦਾ ਹੈ ਕਿਵੇਂ ਆ ਮੈਂ ਕਿਹਾ ਕੀ ਗੱਲ ਕਹਿੰਦੇ ਡਰ ਆਉਂਦਾ ਵੀ ਕਰੋਨਾ ਨਾ ਹੋ ਜਾਏ ਮੈਂ ਕਿਹਾ ਵੀ ਕੋਈ ਨਹੀਂ ਤੁਹਾਡਾ ਕਰੋਨਾ ਅਸੀਂ ਹਟਾ ਕੇ ਜਾਵਾਂਗੇ ਅਸੀਂ 5 ਦਿਨ ਲਗਾਤਾਰ ਉਹਨਾਂ ਦੇ ਘਰੇ ਰਹੇ ਜਿੱਦਣ ਅਸੀਂ ਆਏ ਆ ਉਸ ਦਿਨ ਤੱਕ ਉਹਨਾਂ ਦਾ ਵੀ ਕਰੋਨਾ ਖਤਮ ਹੋ ਗਿਆ ਉਹਨਾਂ ਦਾ ਡਰ ਨਿਕਲ ਚੁੱਕਾ ਸੀ ਕਰੋਨਾ ਦਾ ਅਸੀਂ ਆਪਦੀ ਪ੍ਰਾਪਤੀ ਵਜੋਂ ਲੈ ਰਹੇ ਹਾਂ ਕਿ ਸਾਡੇ ਕਿਸਾਨ ਸੰਘਰਸ਼ ਨੇ ਵੱਡੀ ਪ੍ਰਾਪਤੀ ਕੀਤੀ ਕਿ ਕਰੋਨਾ ਖਤਮ ਹੋਇਆ ਕਰੋਨੇ ਦਾ ਅਸੀਂ ਡਰ ਲੋਕਾਂ ਦੇ ਮਨ ਚੋਂ ਕੱਢਿਆ ਕਰੋਨਾ ਇੱਕ ਬਿਮਾਰੀ ਹੈ ਆਮ ਬਿਮਾਰੀ ਹੈ ਜਿਵੇਂ ਜ਼ੁਕਾਮ ਬੁਖਾਰ ਹੈ ਇਹਦਾ ਇਲਾਜ ਹੋ ਜਾਂਦਾ ਹੈ ਬਿਲਕੁਲ ਠੀਕ ਹੋ ਜਾਂਦੇ ਕਰੋਨਾ ਜਾਨ ਲੈਵਾ ਬਿਮਾਰੀ ਨਹੀਂ ਹੈ ਕਰੋਨਾ ਦੇ ਆੜ ਦੇ ਪਿੱਛੇ ਜੋ ਕੀਤਾ ਜਾ ਰਿਹਾ ਸੀ ਅਸੀਂ ਉਹ ਲੋਕਾਂ ਦੇ ਵਿੱਚ ਰੱਖਣ ਚ ਕਾਮਯਾਬ ਹੋਏ ਹਾਂ ਮੈਂ ਇੱਕ ਐਗਜ਼ਾਮਪਲ ਹੈ ਸਾਡੇ ਕੋਲ ਕਿ ਪੰਜਾਬ ਦਾ ਕੋਈ ਬੱਚੀ ਬੱਚਾ ਐਸਾ ਨਹੀਂ ਰਹਿ ਗਿਆ ਹੋਣਾ ਜਿਹੜਾ ਦਿੱਲੀ ਜਾ ਕੇ ਨਹੀਂ ਆਇਆ ਸਾਡੀ ਆਬਾਦੀ 3 ਕਰੋੜ ਦੀ 3 ਕਰੋੜ ਦੇ ਵਿੱਚੋਂ ਜੇ ਅਸੀਂ ਹਰ ਇੱਕ ਨੂੰ ਮੰਨੀਏ ਤੇ 3 ਕਰੋੜ ਮੰਨਾਂਗੇ ਪਰ ਅਸੀਂ ਇਹ ਮੰਨ ਕੇ ਚੱਲੀਏ 50 ਲੱਖ ਲੋਕ ਤਾਂ ਦਿੱਲੀ ਜਾ ਕੇ ਆਏ ਕੋਈ ਹਫਤਾ ਲਾ ਕੇ ਆਇਆ ਕੋਈ 10 ਦਿਨ ਲਾ ਕੇ ਆਇਆ ਕੋਈ 20 ਦਿਨ ਕੋ ਮਹੀਨਾ ਕੋ 3 ਦਿਨ ਵਾਲੇ ਨੇ 50 ਲੱਖ ਲੋਕ 50 ਲੱਖ ਲੋਕਾਂ ਦੇ ਵਿੱਚੋਂ ਇੱਕ ਨੇ ਵੀ ਮਾਸਕ ਨਹੀਂ ਪਾਇਆ ਕਿਸੇ ਨੇ ਸੈਨੀਟਾਈਜ਼ਰ ਨਾਲ ਹੱਥ ਨਹੀਂ ਧੋਤੇ ਉੱਥੇ ਅਸੀਂ ਇਕੱਠੇ ਬੈਨੇ ਆ ਇਕੱਠੇ ਇੱਕੇ ਟਰਾਲੀ ਸੌਨੇ ਆ ਇੱਕ ਵੀ ਮੈਨੂੰ ਦਿਖਾ ਦਿਓ ਕਿਸੇ ਨੂੰ ਕਰੋਨਾ ਹੋਇਆ ਹੋਵੇ ਕਰੋਨੇ ਕਰਕੇ ਮੌਤ ਹੋਈ ਹੋਵੇ ਕੀ ਗੱਲ ਕਿਸਾਨਾਂ ਨਾਲ ਸਾਡੇ ਨੂੰ ਕੋਈ ਰਿਸ਼ਤੇਦਾਰੀ ਕਰੋਨਾ ਦੀ ਤਾਂ ਫਿਰ ਇਹ ਜਿਹੜਾ ਮਤਲਬ ਝੂਠ ਸੀ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਇਹ ਆ ਕਿ ਅਸੀਂ ਇਸ ਝੂਠ ਨੂੰ ਲੰਗਾ ਕਰਨ ਚ ਕਾਮਯਾਬ ਰਹੇ ਆ ਇਸ ਝੂਠ ਦੇ ਪਿੱਛੇ ਹੁਣ ਤੁਸੀਂ ਇੱਕ ਗੱਲ ਵੇਖੋ ਵੀ ਫਿਰੋਜ਼ਪੁਰ ਤੋਂ ਫਾਜ਼ਿਲਕਾ ਬੋਰ ਗੰਗਾਨਗਰ ਰੇਲ ਚੱਲਦੀ ਜਦੋਂ ਅਸੀਂ ਰੇਲ ਰੋਕ ਲਈਦੇ ਸੀ ਇੱਕ ਘੰਟਾ ਸੀ ਰੇਲ ਰੁਕਦੇ ਸਾਂ ਸਾਰੇ ਦਿੱਲੀ 'ਚ ਕਰਤਾਰਾਂ ਖੜਕ ਜਾਂਦੀ ਸੀ ਜੀ ਰੇਲ ਰੋਕ ਲਈ ਮਸਾਫਰ ਦੁਖੀ ਹੋ ਗਏ ਘਾਟਾ ਪੈ ਗਿਆ ਰੇਲਵੇ ਨੂੰ ਪਿਛਲੀ ਮਾਰਚ ਤੋਂ ਲੈ ਕੇ ਅੱਜ ਤੱਕ ਜਿਹੜੀ ਫਿਰੋਜ਼ਪੁਰ ਫਾਜ਼ਿਲਕਾ ਲੈਂਡ ਬੰਦ ਹੈ ਅੱਜ ਤੱਕ 8 ਟ੍ਰੇਨਾਂ ਰੋਜ਼ ਦੀਆਂ ਚੱਲਦੀਆਂ ਨੇ ਇੱਕ ਵੀ ਗੱਡੀ ਨਹੀਂ ਚੱਲੀ ਡਰ ਕਾ ਦਾ ਕਰੋਨਾ ਦਾ ਸੋ ਅਸੀਂ ਲੋਕਾਂ ਨੂੰ ਬੇਨਤੀ ਕਰਨਾ ਵੀ ਸਮਝੋ ਇਹਦੇ ਪਿੱਛੇ ਕੀ ਏ ਰੇਲਵੇ ਨੂੰ ਵੇਚਿਆ ਜਾਣਾ ਰੇਲਵੇ ਨੂੰ ਪ੍ਰਾਈਵੇਟ ਕੀਤਾ ਜਾਣਾ ਹਰ ਜਗ੍ਹਾ ਤੇ ਘਾਟੇ ਪਵਾਏ ਜਾਂਦੇ ਨੇ ਜਾਣ ਬੁੱਝ ਕੇ ਇਹਨਾਂ ਚੀਜ਼ਾਂ ਨੂੰ ਪ੍ਰਾਈਵੇਟ ਕਰਨ ਵਾਸਤੇ ਸੋ ਕਰੋਨਾ ਨਾ ਦੀ ਕੋਈ ਚੀਜ਼ ਨਹੀਂ ਜਿਹੜਾ ਕੋ ਲੋਕਾਂ ਦੇ ਮਨਾਂ 'ਚ ਡਰ ਸੀ ਅਸੀਂ ਉਹ ਕਰੋਨਾ ਨੂੰ ਹਰਾ ਕੇ ਨਿਤਰਿਆਂ ਮੈਦਾਨ ਦੇ ਵਿੱਚ ਇਹ ਹੀ ਸਾਡੀ ਵੱਡੀ ਪ੍ਰਾਪਤੀ ਏ ਸਾਨੂੰ ਲੱਗਦਾ ਹੈ ਕਿ ਅਸੀਂ ਜਿਹੜਾ ਬੰਗਾਲੀਆਂ ਦੇ ਮਨ 'ਚ ਡਰ ਸੀ ਕਰੋਨਾ ਦਾ ਉਹ ਵੀ ਕੱਢ ਕੇ ਆਏ ਆ ਤੇ ਉਹ ਉਹਨਾਂ ਦੇ ਮਨਾਂ 'ਚ ਵੀ ਨਿਕਲਿਆ ਗੱਲ ਕਰਦੇ ਹਾਂ ਪ੍ਰਾਪਤੀਆਂ ਦੀ ਹੋਰ ਕੀ ਕੀ ਪ੍ਰਾਪਤੀਆਂ ਹੋ ਗਈਆਂ ਅਜੇ ਤੱਕ ਜਿਹੜੇ ਸਾਡੇ ਸ਼ਹੀਦ ਹੋ ਗਏ ਕਾਫੀ ਨੌਜਵਾਨ ਜਾਂ ਕਿਸਾਨ ਨੇ ਜਿਹੜੇ ਸ਼ਹੀਦ ਹੋ ਗਏ ਉਹਨਾਂ ਨੂੰ ਕਿਵੇਂ ਦੇਖਦੇ ਹੋ ਹੋਰ ਕੀ ਕੀ ਪ੍ਰਾਪਤੀਆਂ ਹੋ ਗਈਆਂ ਸਾਨੂੰ ਅੰਦੋਲਨ ਦੇ ਵਿੱਚੋਂ ਦੇਖੋ ਜਦੋਂ ਅਸੀਂ ਇੱਕ ਮਨੁੱਖ ਦੇ ਤੌਰ ਤੇ ਸੋਚਾਂਗੇ ਤਾਂ ਇੱਕ ਮਨੁੱਖ ਦਾ ਸੰਸਾਰ ਤੋਂ ਚਲੇ ਜਾਣਾ ਕਦੇ ਵੀ ਤੁਹਾਨੂੰ ਸੁਖਦਾ ਹੀ ਨਹੀਂ ਹੋਵੇਗਾ ਸ਼ਹੀਦ ਆਲਮ ਪੰਗਸੇ ਕਰਾਣੇ ਇੱਕ ਅੰਗਰੇਜ਼ ਨੂੰ ਮਾਰਿਆ ਤਾਂ ਉਹਨਾਂ ਨੇ ਇੱਕ ਅੰਗਰੇਜ਼ ਨੂੰ ਮਾਰ ਕੇ ਵੀ ਦੁੱਖ ਵੀ ਜ਼ਾਹਰ ਕੀਤਾ ਕਿ ਮਨੁੱਖ ਦੀ ਜਾਨ ਜਾਨ ਦਾ ਸਾਨੂੰ ਦੁੱਖ ਏ ਕੀਤਾ ਨਾ ਸੋ ਸਾਨੂੰ ਵੀ ਜਿਹੜੇ ਸਾਡੇ ਕਿਸਾਨ ਗਏ ਨੇ ਉਹਨਾਂ ਦਾ ਦੁੱਖ ਏ ਪਰ ਅਸੀਂ ਮੰਨਿਆ ਜੰਗ ਏ ਜੰਗ ਦੇ ਵਿੱਚ ਸ਼ਹੀਦੀਆਂ ਹੋਣੀਆਂ ਲਾਜ਼ਮੀ ਨੇ ਕੋਈ ਅਸੀਂ ਇਹ ਨਹੀਂ ਕਿ ਲੋਕਾਂ ਦੀਆਂ ਸ਼ਿਦਦੀਆਂ ਹੋਈਆਂ ਲਾਜ਼ਮੀ ਜੀ ਅਸੀਂ ਵੀ ਇਹਦੇ ਲਈ ਤਿਆਰ ਆ ਸਾਡੀ ਵੀ ਕਿਸੇ ਦੀ ਵਾਰੀ ਆਵੇਗੀ ਤੇ ਜੀ ਸਦਕੇ ਆ ਜਾਵੇ ਵਾਰੀ ਸ਼ਹੀਦਾਂ ਲਈ ਤਿਆਰਾਂ ਜੰਗ 'ਚ ਸੀਛਦੀਆਂ ਜ਼ਰੂਰੀ ਨੇ ਪ੍ਰਾਪਤੀਆਂ ਸਾਡੀਆਂ ਇਹ ਨੇ ਇੱਕ ਅਸੀਂ ਰਸਤਾ ਤਿਆਰ ਕਰ ਲਿਆ ਜਿਹਦੇ ਉੱਤੇ ਅਸੀਂ ਵਧਣਾ ਉਹ ਰਸਤਾ ਜਿਹੜਾ ਡਾਵਾ ਡੋਲ ਸੀ ਅੱਜ ਤੱਕ ਜਿਹੜੇ ਰਸਤੇ ਤੇ ਅੱਜ ਤੱਕ ਅਸੀਂ ਵੱਡੀ ਗਿਣਤੀ ਲੋਕਾਂ ਨੂੰ ਤਿਆਰ ਨਹੀਂ ਸਾ ਕਰ ਸਕੇ ਅਸੀਂ ਆਸ ਲੈ ਕੇ ਚੱਲੇ ਸਾਂ ਕਿ ਪੰਜਾਬ ਦੇ ਕਿਸਾਨਾਂ ਨੂੰ ਉਸ ਰਸਤੇ ਤੇ ਤੋਰਨਾ ਸਾਡੀ ਵੱਡੀ ਪ੍ਰਾਪਤੀ ਕਰੋਨਾ ਤੋਂ ਬਾਅਦ ਇਹ ਆ ਕਿ ਅਸੀਂ ਇੱਕ ਰਸਤਾ ਬਣਾ ਲਿਆ ਰਸਤਾ ਲੋਕਾਂ ਨੂੰ ਵਿਖਾਤਾ ਤੇ ਉਸ ਰਸਤੇ ਤੇ ਅਸੀਂ ਤੁਰ ਪਏ ਹੋਏ ਹਾਂ ਔਰ ਆਉਣ ਵਾਲੇ ਸਮੇਂ ਤੇ ਜਿੱਦਨ ਅਸੀਂ ਆਪਦੀ ਮੰਜ਼ਲ ਤੇ ਪਹੁੰਚਣਾ ਹੈ ਅਸੀਂ ਇਸੇ ਰਸਤੇ ਤੇ ਚੱਲ ਕੇ ਪਹੁੰਚਣਾ ਇਹ ਸਾਡੀ ਪ੍ਰਾਪਤੀ ਹੈ ਕੋਲ ਦੀ ਲੋਕਾਂ ਦੇ ਕਈਆਂ ਦੇ ਸਵਾਲ ਇਹ ਵੀ ਆ ਜਾਂਦੇ ਨੇ ਕਿ ਇੱਥੇ 2022 ਦੀਆਂ ਵੀ ਤਿਆਰੀਆਂ ਹੋ ਰਹੀਆਂ ਨੇ ਜਿਹੜੀਆਂ ਰੈਲੀਆਂ ਕਰੀਆਂ ਜਾ ਰਹੀਆਂ ਨੇ ਚਾਹੇ ਉਹ ਸਿਆਸੀ ਪਾਰਟੀਆਂ ਨਾਲ ਜਾਂ ਫਿਰ ਕਿਸਾਨ ਜਥੇਬੰਦੀਆਂ ਹੁਣ ਉਹਨਾਂ ਨੂੰ ਕੀ ਜਵਾਬ ਦੇਵਾਂਗੇ ਅੱਛਾ ਉਹਨਾਂ ਨੂੰ ਕੀ ਜਵਾਬ ਦੇਵਾਂਗੇ ਜਿਨ੍ਹਾਂ ਦੇ ਇਹ ਸਵਾਲ ਆ ਰਹੇ ਨੇ ਵੀ ਇਹ ਜਿਹੜੀਆਂ ਰੈਲੀਆਂ ਨੇ ਜਾਂ ਕਿਸਾਨ ਜਥੇਬੰਦੀਆਂ ਨੇ ਹੁਣ ਜਾਂ ਫਿਰ ਸਿਆਸੀ ਪਾਰਟੀਆਂ ਨੇ ਉਹਨੂੰ 2022 ਨੂੰ ਦੇਖ ਕੇ ਕਰੀਆਂ ਜਾ ਰਹੀਆਂ ਨੇ ਸਾਡੀ ਕਿਸੇ ਇੱਕ ਰੈਲੀ 'ਚ ਦੱਸੋ ਜੀ ਕਿਤੇ ਵੋਟ ਦੀ ਮੰਗ ਕੀਤੀ ਗਈ ਜੇ ਕਿਸੇ ਨੂੰ ਵੋਟ ਪਾਉਣ ਦੀ ਗੱਲ ਕੀਤੀ ਗਈ ਕੋਈ ਅਸੀਂ ਆਪਦੀ ਕਾਂਗਰਸ ਕੋਈ ਅਕਾਲੀ ਆਪਦੀ ਸਟੇਜ ਤੇ ਨਹੀਂ ਚੜਨ ਦਿੰਦੇ ਸਾਨੂੰ ਅੱਜ ਵੀ ਪੰਜਾਬ 'ਚ ਅਸੀਂ ਕਹਿੰਨੇ ਸਾਨੂੰ ਵੀ ਲੱਗੇ ਵੋਟਾਂ ਨਾਲ ਪੈਨ ਨਾ ਪੈਨ ਕੋਈ ਜਿੰਨੂੰ ਮਰਜ਼ੀ ਪਾਵੇ ਅਕਰ ਬੀਜੇਪੀ ਨੂੰ ਨਹੀਂ ਪਾਉਣ ਦਿਆਂਗੇ ਬੀਜੇਪੀ ਨੂੰ ਕਹਾਂਗੇ ਲੋਕਾਂ ਨੂੰ ਨਾ ਪਾਓ ਬਾਕੀ ਹੋਰ ਜੋ ਮਰਜ਼ੀ ਕਰਨ ਵੋਟਾਂ ਨਾਲ ਸਾਡਾ ਕੋਈ ਸਬੰਧ ਨਹੀਂ ਇਹ ਤਾਂ ਬਸ ਜੇ ਕੋਈ ਕਹਿੰਦਾ ਤੇ ਝੂਠਾ ਪ੍ਰਚਾਰ ਹੈ ਸਾਡਾ ਵੋਟਾਂ ਨਾਲ ਕੋਈ ਸਬੰਧ ਨਹੀਂ ਆਖਰ ਦੇ ਵਿੱਚ ਕੀ ਅਪੀਲ ਕਰਕੇ ਜਾਵਾਂਗਾ ਆਖਰ ਦੇ ਵਿੱਚ ਮੈਂ ਇਹੀ ਸਾਰੇ ਪੰਜਾਬ ਦੇ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਆਓ ਮੈਦਾਨ ਦੇ ਵਿੱਚ ਅੱਜ ਤੁਹਾਡੇ ਲਈ ਇੱਕ ਸੁਪਾਗਾ ਸਮਾਂ ਜ਼ਿੰਦਗੀ ਜਿਉਣ ਦਾ ਤਰੀਕਾ ਇਹੀ ਹੁੰਦਾ ਹੈ ਕਿ ਤੁਸੀਂ ਲੋਕਾਂ ਲਈ ਜੀਵੋ ਮੇਰਾ ਬਾਬਾ ਨਾਨਕ ਹਮੇਸ਼ਾ ਲੋਕਾਂ ਲਈ ਜੀਵਿਆ ਸਾਡੇ 15ਵੇਂ ਪਾਸ਼ਾ ਮੇਰਾ ਲੋਕਾਂ ਲਈ ਜੀਵੇ 9ਵੇਂ ਪਾਸ਼ਾ ਲੋਕਾਂ ਲਈ ਸੀਸ ਕਟਾਇਆ ਅਰਜਨ ਪਾਸ਼ਾ ਲੋਕਾਂ ਲਈ ਸ਼ਹੀਦ ਹੋਏ ਸੋ ਅਸੀਂ ਵਾਰਸ ਆ ਉਹਨਾਂ ਦੇ ਜਿਹੜੇ ਲੋਕਾਂ ਲਈ ਜ਼ਿੰਦਗੀਆਂ ਲਾਉਂਦੇ ਨੇ ਜਿਉਣ ਦਾ ਇਹੀ ਤਰੀਕਾ ਹੁੰਦਾ ਇੱਕ ਹੁੰਦਾ ਜੂਨ ਗੁਜ਼ਾਰਾ ਕਰਨਾ ਇੱਕ ਹੁੰਦਾ ਜੀਣਾ ਜੋਨ ਗੁਜ਼ਾਰਾ ਕਰਨਾ ਹੈ ਤੁਸੀਂ ਕੋਈ ਵੀ ਦੁਕਾਨ ਪਾਓ ਤੇ ਇਕੱਲੇ ਘਰਵਾਰੇ ਸੋਚ ਕੇ ਜੋਨ ਗੁਜ਼ਾਰਾ ਕਰ ਸਕਦੇ ਹੋ ਜੇ ਜੀਣਾ ਚਾਹੁੰਦੇ ਹੋ ਜੀਣ ਦਾ ਤਰੀਕਾ ਇਸ ਸੰਸਾਰ ਦੇ ਵਿੱਚ ਇੱਕੋ ਏ ਲੋਕਾਂ ਲਈ ਲੜਨਾ ਲੋਕਾਂ ਲਈ ਲੜਦੇ ਹੋਏ ਜ਼ਿੰਦਗੀ ਟਪਾਉਣਾ ਛੋਟੀ ਹੋਵੇ ਜਾਂ ਵੱਡੀ ਹੋਵੇ ਸੋ ਅੱਜ ਇੱਕ ਮੌਕਾ ਇੱਕ ਲਹਿਰ ਏ ਕਿ ਤੁਸੀਂ ਆਪਦਾ ਯੋਗਦਾਨ ਲੋਕਾਂ ਲਈ ਜੀਉਣ ਲਈ ਪਾ ਸਕਦੇ ਹੋ ਪੂਰੇ ਨੌਜਵਾਨਾਂ ਨੂੰ ਪੂਰੇ ਪੰਜਾਬ ਨੂੰ ਔਰਤਾਂ ਨੂੰ ਮਰਦਾਂ ਨੂੰ ਸਿੱਭ ਨੂੰ ਬੇਨਤੀ ਕਰਾਂਗੇ ਕਿ ਆਓ ਇੱਕ ਸਾਥ ਹੋ ਕੇ ਲੜੀਏ ਸਾਡੇ ਪਹਿਲੇ ਪਾਸੇ ਤੋਂ ਲੈ ਕੇ ਸਾਡੇ ਭਗਤ ਸਿੰਘ ਸਰਾਭਿਆਂ ਤੱਕ ਦੀ ਜਿਹੜੀ ਸਮਝ ਸੀ ਜੋ ਸੋਚ ਸੀ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਬਾਰਾ ਜਿਓ ਭਗਤ ਸਿੰਘ ਦੀ ਕਿ ਜਦੋਂ ਤੱਕ ਮਨੁੱਖ ਹੱਥੋਂ ਮਨੁੱਖਤ ਦੀ ਲੁੱਟ ਜਾਰੀ ਰਹੇਗੀ ਜੰਗ ਜਾਰੀ ਰਹੇਗੀ ਇਹ ਸਾਰੀਆਂ ਜੜੀਆਂ ਉਹਨਾਂ ਦੀ ਸਮਝ ਅਸੀਂ ਪੂਰੀ ਕਰਨੀ ਸਾਡੇ ਤੇ ਆ ਜਿੰਮੇਵਾਰੀ ਆਓ ਇਹਨੂੰ ਪੂਰੀ ਕਰੀਏ ਇੱਥੇ ਗੱਲ ਕਰੀ ਸੀ ਮਹਿਮਾ ਸਾਹਿਬ ਦੇ ਨਾਲ ਜਿਨ੍ਹਾਂ ਦਾ ਕਹਿਣਾਗਾ ਕਿ ਇਹ ਜਿਹੜਾ ਸੰਘਰਸ਼ਾ ਹੋ ਲੰਮਾ ਚੱਲੇਗਾ ਲੰਮੇ ਤੋਂ ਬਾਅਦ ਇੱਥੇ ਸਾਨੂੰ ਕਾਫੀ ਰਸਤੇ ਕਾਫੀ ਪ੍ਰਾਪਤੀਆਂ ਹੁਣ ਗਏ ਤੇ ਇਸ ਤੋਂ ਬਾਅਦ ਵੀ ਹੋਰ ਆਗੂਆਂ ਦੇ ਨਾਲ ਗੱਲਬਾਤ ਕਰਵਾਉਂਦੇ ਰਵਾਂਗੇ ਜੁੜੇ ਹੋre ਸਰਖਾਪੀ ਟੀਵੀ ਦੇ ਨਾਲ ਫਿਲਹਾਲ ਦੇ ਲਈ ਮੈਨੂੰ ਦੋ ਆਗਿਆ ਹਰਜਿੰਦਰ ਸਿੰਘ ਢਿੱਲੋਂ ਨੂੰ ਧੰਨਵਾਦ